ਮੈਂ ਮੁਹੱਲੇ ਦਾ ਮੋਤਬੇਰ ਹਾਂ ਜੀ। ਇਹ ਮੇਰੇ ਕੁਛ ਵੀਰਾਂ ਨੂੰ ਨਾ ਇੱਥੇ ਛੱਪੜ ਪੈਂਦਾ ਵਾ ਨਾਲਕੜੀ ਰੋਡ 'ਤੇ ਮੇਰੇ ਮੁਹੱਲੇ ਦੇ ਮੋੜ 'ਤੇ। ਇਹ ਬੱਚੇ ਕੋਈ ਉੱਥੇ ਪਾਣੀ ਪੀਣ ਦੇ ਬਹਾਨੇ ਕੋਈ ਛੱਡ ਗਿਆ ਬੱਚੇ, ਇਹਨਾਂ ਨੇ ਬੱਚੇ ਰੋਣ ਦੀ ਆਵਾਜ਼, ਇਹਨਾਂ ਨੇ ਬੱਚੇ ਚੁੱਕ ਕੇ ਦੁਕਾਨ 'ਤੇ ਲਿਆਂਤੇ ਆ। ਇਹਨਾਂ ਨੇ ਬਾਅਦ 'ਚੋਂ ਮੈਨੂੰ ਫੋਨ ਕੀਤਾ ਵਾ, ਜਦ ਮੈਂ ਬੱਚੇ ਆ ਕੇ ਵੇਖਿਓ ਭੁੱਖੇ ਅਤੇ ਧਿਆਏ ਅਤੇ ਨੰਗੇ ਹੀ ਪੈਰੋਂ। ਫਿਰ ਮੈਂ ਕੰਟਰੋਲ ਰੂਮ 'ਤੇ ਫੋਨ ਕੀਤਾ ਵਾ, ਕੰਟਰੋਲ ਰੂਮ 'ਤੇ ਮੈਨੂੰ ਨੰਬਰ ਮੈਨੂੰ ਉਠਾਉਣਾ ਪੈਂਦਾ ਸੀ। ਮੈਸੋ ਸਾਹਿਬ ਨਾਲ ਗੱਲ ਕੀਤੀ, ਉਹਨੇ ਕਿਹਾ ਇੱਥੇ ਲੈ ਆਓ, ਹੁਣ ਆਪਾਂ ਇਹ ਬੱਚੇ ਇੱਥੇ ਲੈ ਕੇ ਆਏ ਹਾਂ, ਦੇਖਦੇ ਇਹਨਾਂ ਦਾ ਕੀ ਕਰਨਾ ਜੀ। ਬੱਚੇ ਚਾਰ ਜੇ ਚਾਰੇ ਲੜਕੀਆਂ ਜੀ, ਅਤੇ ਬੱਚੇ ਦੀ ਕਿਸੇ ਦੀ ਉਮਰ ਇੱਕ ਇੱਕ ਸਾਲ ਆ, ਦੋ ਸਾਲ ਆ, ਹੱਦ ਤਿੰਨ ਸਾਲ ਆ, ਚਾਰ ਸਾਲ ਤੋਂ ਛੋਟੀ ਆ ਸਾਰੀ, ਤਿੰਨ ਤੁਰਦੇ ਇੱਕ ਤੁਰਦਾ ਨਹੀਂ ਆ ਬੱਚਾ। ਮੇਰਾ ਨਾਂ ਜਸਪਾਲ। ਇਹ ਮਿਲੇ ਜੇ ਬੁੱਟਰਾਂ ਦੀ ਕੋਠੀ ਆ ਛੱਪੜ ਦੇ ਕੰਢੇ ਈਸ਼ਾ ਨਗਰ। ਇਹ ਚਾਰ ਬੱਚੇ ਆ ਅਤੇ ਬੋਲਦੇ ਆ ਵੀ ਕੋਈ ਲੜਕੀ ਇਹਨਾਂ ਨਾਲ ਵੱਡੀ, ਉਹ ਛੱਡ ਕੇ ਅਤੇ ਇਹਨਾਂ ਨੂੰ ਚੱਲ ਗਈ ਆ ਪਾਣੀ ਦੇ ਪਾਜ ਵੀ, ਪਾਣੀ ਪੀਓ ਤੁਸੀਂ, ਅਤੇ ਮੁੜ ਕੇ ਉਹ ਲੱਭੀ ਨਹੀਂ, ਗਾਇਬ ਹੀ ਹੋ ਗਈ। ਇਹ ਅੱਠ ਕੁ ਵਜੇ ਦੀ ਗੱਲ ਹੈ ਜੀ। ਉੱਥੇ ਵੇਖਿਆ ਵਾ ਪਰ ਨਹੀਂ, ਕਿਤੇ ਸਾਨੂੰ ਕੋਈ ਨਹੀਂ ਲੱਭਾ ਲਾਗੇ। ਅਸੀਂ ਫਿਰ ਲਾਗੇ ਦੁਕਾਨ ਵਾ ਕਰਿਆਨੇ ਦੀ, ਸਾਡੀ ਆਪਣੀ ਆ ਭਰਾ ਸਾਡੇ ਦੀ, ਅਤੇ ਅਸੀਂ ਫਿਰ ਉੱਥੇ ਇਹਨਾਂ ਨੂੰ ਲੈ ਕੇ ਅਤੇ ਕੋਈ ਰੋਟੀ ਰਾਟੀ ਪਹਿਲੋਂ ਖਵਾ ਲਈ ਆ, ਫਿਰ ਵੇਸ਼ਕੋਟ ਇਹਨਾਂ ਨੂੰ ਖਵਾਲੇ ਆ, ਅਤੇ ਬਾਅਦ 'ਚ ਇਹ ਥਾਣੇ ਕੰਪਲੇਂਟ ਕੀਤੀ ਆ ਵੀ ਇੱਦਾਂ ਇੱਦਾਂ ਬੱਚਿਆਂ ਨੂੰ ਮਿਲੇ ਆ। ਮੈਂ ਮੁਹੱਲੇ ਦਾ ਮੋਤਬੇਰ ਹਾਂ ਜੀ। ਇਹ ਮੇਰੇ ਕੁਛ ਵੀਰਾਂ ਨੂੰ ਨਾ ਇੱਥੇ ਛੱਪੜ ਪੈਂਦਾ ਵਾ ਨਾਲਕੜੀ ਰੋਡ 'ਤੇ ਮੇਰੇ ਮੁਹੱਲੇ ਦੇ ਮੋੜ 'ਤੇ। ਇਹ ਬੱਚੇ ਕੋਈ ਉੱਥੇ ਪਾਣੀ ਪੀਣ ਦੇ ਬਹਾਨੇ ਕੋਈ ਛੱਡ ਗਿਆ ਬੱਚੇ, ਇਹਨਾਂ ਨੇ ਬੱਚੇ ਰੋਣ ਦੀ ਆਵਾਜ਼, ਇਹਨਾਂ ਨੇ ਬੱਚੇ ਚੁੱਕ ਕੇ ਦੁਕਾਨ 'ਤੇ ਲਿਆਂਤੇ ਆ। ਇਹਨਾਂ ਨੇ ਬਾਅਦ 'ਚੋਂ ਮੈਨੂੰ ਫੋਨ ਕੀਤਾ ਵਾ, ਜਦ ਮੈਂ ਬੱਚੇ ਆ ਕੇ ਵੇਖਿਓ ਭੁੱਖੇ ਅਤੇ ਧਿਆਏ ਅਤੇ ਨੰਗੇ ਹੀ ਪੈਰੋਂ। ਫਿਰ ਮੈਂ ਕੰਟਰੋਲ ਰੂਮ 'ਤੇ ਫੋਨ ਕੀਤਾ ਵਾ, ਕੰਟਰੋਲ ਰੂਮ 'ਤੇ ਮੈਨੂੰ ਨੰਬਰ ਮੈਨੂੰ ਉਠਾਉਣਾ ਪੈਂਦਾ ਸੀ। ਮੈਸੋ ਸਾਹਿਬ ਨਾਲ ਗੱਲ ਕੀਤੀ, ਉਹਨੇ ਕਿਹਾ ਇੱਥੇ ਲੈ ਆਓ, ਹੁਣ ਆਪਾਂ ਇਹ ਬੱਚੇ ਇੱਥੇ ਲੈ ਕੇ ਆਏ ਹਾਂ, ਦੇਖਦੇ ਇਹਨਾਂ ਦਾ ਕੀ ਕਰਨਾ ਜੀ। ਬੱਚੇ ਚਾਰ ਜੇ ਚਾਰੇ ਲੜਕੀਆਂ ਜੀ, ਅਤੇ ਬੱਚੇ ਦੀ ਕਿਸੇ ਦੀ ਉਮਰ ਇੱਕ ਸਾਲ ਆ, ਦੋ ਸਾਲ ਆ, ਹੱਦ ਤਿੰਨ ਸਾਲ ਆ, ਚਾਰ ਸਾਲ ਤੋਂ ਛੋਟੀ ਆ ਸਾਰੀ, ਤਿੰਨ ਤੁਰਦੇ ਇੱਕ ਤੁਰਦਾ ਨਹੀਂ ਆ ਬੱਚਾ। ਮੇਰਾ ਨਾਂ ਜਸਪਾਲ। ਇਹ ਮਿਲੇ ਜੇ ਬੁੱਟਰਾਂ ਦੀ ਕੋਠੀ ਆ ਛੱਪੜ ਦੇ ਕੰਢੇ ਈਸ਼ਾ ਨਗਰ। ਇਹ ਚਾਰ ਬੱਚੇ ਆ ਅਤੇ ਬੋਲਦੇ ਆ ਵੀ ਕੋਈ ਲੜਕੀ ਇਹਨਾਂ ਨਾਲ ਵੱਡੀ, ਉਹ ਛੱਡ ਕੇ ਅਤੇ ਇਹਨਾਂ ਨੂੰ ਚੱਲ ਗਈ ਆ ਪਾਣੀ ਦੇ ਪਾਜ ਵੀ, ਪਾਣੀ ਪੀਓ ਤੁਸੀਂ, ਅਤੇ ਮੁੜ ਕੇ ਉਹ ਲੱਭੀ ਨਹੀਂ, ਗਾਇਬ ਹੀ ਹੋ ਗਈ। ਇਹ ਅੱਠ ਕੁ ਵਜੇ ਦੀ ਗੱਲ ਹੈ ਜੀ। ਉੱਥੇ ਵੇਖਿਆ ਵਾ ਪਰ ਨਹੀਂ, ਕਿਤੇ ਸਾਨੂੰ ਕੋਈ ਨਹੀਂ ਲੱਭਾ ਲਾਗੇ। ਅਸੀਂ ਫਿਰ ਲਾਗੇ ਦੁਕਾਨ ਵਾ ਕਰਿਆਨੇ ਦੀ, ਸਾਡੀ ਆਪਣੀ ਆ ਭਰਾ ਸਾਡੇ ਦੀ, ਅਤੇ ਅਸੀਂ ਫਿਰ ਉੱਥੇ ਇਹਨਾਂ ਨੂੰ ਲੈ ਕੇ ਅਤੇ ਕੋਈ ਰੋਟੀ ਰਾਟੀ ਪਹਿਲੋਂ ਖਵਾ ਲਈ ਆ, ਫਿਰ ਵੇਸ਼ਕੋਟ ਇਹਨਾਂ ਨੂੰ ਖਵਾਲੇ ਆ, ਅਤੇ ਬਾਅਦ 'ਚ ਇਹ ਥਾਣੇ ਕੰਪਲੇਂਟ ਕੀਤੀ ਆ ਵੀ ਇੱਦਾਂ ਇੱਦਾਂ ਬੱਚਿਆਂ ਨੂੰ ਮਿਲੇ ਆ।